ਗੱਡੀ ਦਾ ਗਿੱਧਾ ਪਊਗਾ। ਅਮਰੀਕ ਬਾਈ ਕਹਿੰਦਾ ਹੁੰਦਾ ਕਬੱਡੀ ਦਾ ਗਿੱਧਾ ਪੈਣਾ ਹੈ। ਨੌ ਨੌ ਅੱਠ ਨੌ ਦਸ ਜਿਹੜੀ ਸਤੰਬਰ ਹੈ ਉਹ ਬੜਬੜ ਦੇ ਟੂਰਨਾਮੈਂਟ ਦੀ ਹੈ। ਗੋਰਾ ਭੁੱਲਰ ਸਾਡਾ ਵੀਰ ਨਿਸ਼ਾਨ ਭੁੱਲਰ ਹਰ ਸੱਦੇ ਦੇ ਰਿਹਾ ਹੈ। ਦੱਸੋ ਬਾਈ ਜੀ ਲਾਈਟ ਡਿੱਗਦੀ ਹੈ, ਲਾਈਟਾਂ ਵਾਲਾ ਵੀਰ ਪਹੁੰਚੇ ਆ, ਪੋਲ ਡਿੱਗਦਾ ਹੈ। ਅਮਰੀਕ ਬਾਈ ਕਈ ਲਾਈਟਾਂ ਵਾਲੇ ਭਰਾ ਨੂੰ ਲਾਈਟਾਂ ਵਾਲਾ ਵੀਰ ਲਾਈਟਾਂ ਫੜੇ ਆ ਕੇ ਸੁੱਖਾ ਜਿੱਥੇ ਵੀ ਆਵਾਜ਼ ਸੁਣਦਾ ਹੈ ਆ ਜਿਹੜੇ ਲਾਈਟਾਂ ਵਾਲੇ ਖੰਭੇ ਹੈ ਉਹਨੂੰ ਗੱਡ ਕੇ ਆ। ਫਿਰ ਜਾਲ ਵਾਲਾ ਬਾਈ ਉਹਨੂੰ ਵੀ ਬੇਨਤੀ ਹੈ, ਜਾਲ ਵਾਲੇ ਬਾਈ ਨੂੰ ਵੀ ਬੇਨਤੀ ਹੈ ਵੀ ਕਿਹੜਾ ਲਾਉਣਾ। ਜਾਲ ਵਾਲਾ ਹੋਇਆ ਲਾਈਟਾਂ ਵਾਲਾ ਹੋਇਆ ਕਿੰਨੀ ਚੜ੍ਹਾਈ ਆ, ਤੜਕੇ ਤੋਂ ਲੈ ਕੇ ਹੁਣ ਤੱਕ ਐਂ ਹੋਈ ਜਾਂਦੀ ਹੈ ਵੀ ਜਾਲ ਵਾਲਾ ਬਾਈ ਮਿਲੇ ਲਾਈਟਾਂ ਵਾਲਾ ਬਾਈ ਮਿਲੇ ਆ ਕੇ ਚੜ੍ਹਤ ਹੈ ਚੜ੍ਹਾਈ ਹੈ। ਬੀ ਐਮ ਸਾਊਂਡ ਵਿੱਕੀ ਵੀਰ ਨੂੰ ਬੇਨਤੀ ਹੈ ਥੋੜੀ ਆਵਾਜ਼ ਖੋਲ ਲੈ ਮੇਰੇ ਵਾਲੇ ਕੋਟਲੇ ਦੀ ਬੀ ਐਮ ਸਾਊਂਡ ਚੀਮਾ ਮੰਡੀ ਲੈ ਵੀ ਬਾਈ ਰਾਜ ਵਾਲੇ ਮੈਕ ਦੀ ਆਵਾਜ਼ ਖੋਲ ਦੇ ਰਾਜ ਨਾ ਨਾਰਾਜ ਹੋਵੇ ਕਿ ਮੈਂ ਕੀ ਜਾਣਾ ਰਾਜ ਕਿਹੜੀ ਗੱਲ ਤੋਂ ਨਾਰਾਜ ਤੇਰਾ ਮਾਰ ਗਿਆ ਮੱਥੇ ਵੱਟ ਪਾਉਣਾ ਹਾੜਾ ਹਾੜਾ ਠੋਕਰਾਂ ਨਾ ਮਾਰਵੇ ਦਿਲ ਟੁੱਟਿਆ ਰਾਸ ਨਹੀਂ ਆਉਣਾ ਉਹ ਵੀ ਚਲਾ ਗਿਆ ਹੈ ਮਲਕਿਆਂ ਦਾ ਰਾਜ ਬਰਾੜ ਚਲਾ ਗਿਆ ਕਿ ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਯਾਦਾਂ ਰਹਿ ਗਈਆਂ ਨੇ ਪਰ ਦਿਲੋਂ ਧੰਨਵਾਦ ਹੈ ਮੇਰ ਕਰੀ ਪਰਮਾਤਮਾ ਨਾ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ੀ ਪਰਮਾਤਮਾ ਨਹੀਂ ਵੇਖਿਆ ਯਕੀਨ ਹੈ ਤੂੰ ਕਿਤੇ ਹੈਗਾ ਮੇਰੀ ਬੇਨਤੀ ਮੈਚ ਸ਼ੁਰੂ ਕਰ ਦਈਏ ਐਕਸ਼ਨਾਂ ਵਾਲੇ ਬੱਚੇ ਜਲਦੀ ਗਰਾਊਂਡ 'ਚ ਪੁੱਜਣ ਐਕਸ਼ਨਾਂ ਵਾਲੇ ਬੱਚੇ ਉਹ ਰੇਡ ਪੈ ਗਈ ਆ ਬਾਈ ਲਓ ਕਹਿੰਦੇ ਸੁਖਮਨ ਕਬੱਡੀ ਪਾ ਰਿਹਾ ਆਹ ਮੀਰ ਪਰਿਆ ਤੇ ਜਸ਼ਨ ਤਿਆਰ ਆ ਮੱਲੇ ਵਾਲਾ ਗੱਗਿਆ ਨਾਲ ਰਾਜੀ ਏ ਰਾਜੀ ਭੁੱਲਣ ਵਾਲਾ ਆਓ ਜਾਣਾ ਕਹਿੰਦੇ ਮੀਰ ਪੁਰੀਆ ਪਹਿਲੀਆਂ ਪਹਿਲੇ ਚ ਅਮਰੀਕ ਬਾਈ ਜਦੋਂ ਜੱਗੂ ਨੂੰ ਕਹਿੰਦੇ ਬੱਚਾ ਵੀ ਨਹੀਂ ਜਾਣਦਾ ਸੀਗਾ ਹਾਕਮ ਵਾਲੀਏ ਨੂੰ ਉਦੋਂ ਮੀਰਪੁਰ ਦੀ ਟੀਮ ਲਈ ਖੇਡਦਾ ਰਿਹਾ ਅੱਜ ਕਹਿੰਦੇ ਆਹ ਮੁੰਡਿਆਂ ਦੀ ਚੜ੍ਹਾਈ ਵੀ ਜੱਗੂ ਦੇ ਬਰਾਬਰ ਚਲੀ ਜਾਂਦੀ ਹੈ ਕਿਉਂਕਿ ਮੁੰਡੇ ਆਹ ਬੱਲੇ ਬੱਲੇ ਕਰਵਾਉਂਦੇ ਆ ਇਹ ਆ ਪੀ ਵੀ ਕੱਤੀ ਵਾਲੇ ਅਮਰੀਕ ਬਾਈ ਕੌਡੀ ਪੈ ਗਿਆ ਹਨੀ ਦੀ ਹਨੀ ਥਾਪੀਆਂ ਮਾਰਦਾ ਪਤੰਦਰ ਥਾਪੀਆਂ ਮਾਰਦਾ ਓਏ ਹੈ ਕੋਈ ਇਹਦਾ ਇਲਾਜ ਹੈ ਕੋਈ ਇਹਦਾ ਇਲਾਜ ਲਓ ਹਨੀ ਵੀ ਆ ਤਿੰਨ ਰੇਡਾਂ ਪਏ 500 ਰੁਪਈਆ ਖਾਓ ਪੀਓ ਜੰਕਸ਼ਨ ਵਾਲੇ ਵੀਰ ਕਹਿੰਦੇ 500 ਦੇ ਪਾ ਜਾਣਾ ਹੈ ਉਹ ਬੱਲੇ ਓ ਜਹਾਜ਼ ਤਾਂ ਉੱਡਣਗੇ ਜਹਾਜ਼ ਤਾਂ ਉੱਡਣਗੇ ਰਾਜ ਉਹ ਗੁਰੀ ਆ ਗਿਆ ਉਹ ਗੁਰੀ ਆ ਗਿਆ ਕਹਿੰਦੇ ਰੋੜੀ ਵਾਲਾ ਹਟਣੇ ਵਾਲਾ ਧੂਰੀ ਵਾਲਿਆ ਲੋਕਾਂ ਨੇ ਕਹਿਣਾ ਏ ਬਦਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਆਹ ਬਦਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਅਮਰੀਕ ਬਾਈ ਲੱਖ ਦੇਣਾ ਲੱਖ ਦੇਣਾ ਇਹ ਕਹਿੰਦੇ ਮਗਰ 5-0 ਉਹ ਕਹਿੰਦੇ ਆਕੜ ਕੇ ਖੜੀਆਂ ਲੱਖ ਦੇਣਾ ਮੁੰਡੇ ਕਹਿੰਦੇ ਉਹ ਬੱਲੋ ਵਾਲੀ ਹੈ ਕਹਿੰਦੇ ਕਬੱਡੀ ਪਾ ਰਿਹਾ ਇਹ ਸ਼ਰੀਫ ਹੈ ਉਹ ਬੜੀ ਦੂਰ 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 ਉੱਤੋਂ ਚੱਲ ਕੇ ਆਏ ਉਹ ਮੀਰਪੁਰ ਵਾਲਿਆਂ ਨੇ ਉਹ ਬੱਲੋ ਵਾਲੀ ਆ ਉਹ ਬੱਲੋ ਵਾਲੀ ਆ ਸ਼ਰੀਫ ਸਿੱਟ ਲਿਆ ਉਹ ਸ਼ਰੀਫ ਸਿੱਟ ਲਿਆ ਉਹ ਮੁੰਡੇ ਨੇ ਥਾਪੀ ਮਾਰੀ ਹੈ ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਿਆਂ ਨੇ ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂਗਾ ਰੇਡ ਫੱਕਰ ਝੰਡੇ ਵਾਲੇ ਵੀ ਤੇ ਬੋਲ ਖੀਵੇ ਵਾਲੇ ਮੁੰਡੇ ਦੇ ਲਓ ਫੱਕਰ ਝੰਡੇ ਵਾਲਾ ਕਹਿੰਦੇ ਦਲੀ ਆ ਆਓ ਜਾਣਾ ਮੁੰਡਾ ਕਬੱਡੀ ਪਾ ਕੇ ਅੱਜ ਕਹਿੰਦੇ ਚੀਮਿਆਂ ਦੀ ਧਰਤੀ ਆ ਆਹ ਕਬੱਡੀ ਦੇ ਕਹਿੰਦੇ ਹੁੱਲੇ ਹੁਲਾਰੇ ਨੇ ਆਹ ਵੱਡੇ ਇਨਾਮ ਰੱਖੇ ਆ ਲਓ ਸਾਹਮਣੇ ਕਹਿੰਦੇ ਮੈਚ ਚੋਟੀ ਦਾ ਕਿ ਬਣਨਾ ਨੀ ਸਟਾਰ ਕੋਈ ਮਸਲ ਬਣਾਇਆ ਤੋਂ ਆਉਂਦੀ ਨਾ ਚੁਸਤੀ ਫੁਰਤੀ ਆਹ ਟੀਕੇ ਲਾਇਆ ਤੋਂ ਅਮਰੀਕ ਬਾਈ ਕੌਡੀ ਪੈ ਗਈ ਹੈ ਸਾਹਮਣੇ ਕਹਿੰਦੇ ਕੌਡੀ ਪੈ ਗਈ ਹੈ ਆਹ ਬੱਲੋ ਵਾਲੀਆ ਕਹਿੰਦੇ ਹਨੀ ਕਬੱਡੀ ਪਾ ਰਿਹਾ 500 ਦੇ ਪਾ ਜਾਣਾ ਤੇ ਮਾਰੇਡਾਂ ਦੇ ਉੱਪਰ ਦੂਜੀ ਦੂਜੀ ਪੈਂਦੀ ਆ ਮੇਰੇ ਮਿੱਤਰੋ ਆਹ ਕਿਤੇ ਮਾਖੇ ਵਾਲੇ ਪਿੰਡ ਦੀਆਂ ਗੱਲਾਂ ਉਹ ਘਰ ਘਰ ਦੇ ਵਿੱਚ ਕਰਵਾਈਆਂ ਆ ਥਾਪੀ ਪੇ ਆਈ ਵੱਜਣੀ ਹੈ ਆ ਥਾਪੀ ਤੇ ਆਈ ਵੱਜਣੀ ਹੈ ਆ ਥਾਪੀ ਤੇ ਆਈ ਵੱਜਣੀ ਆ ਬੱਲੇ 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 ਆ ਮੱਲੇ ਵਾਲਾ ਉਹ ਲੜਕਰਾ ਜੋਰਦਾਰ ਹੋ ਗਈ ਬੱਲੇ 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 ਕਿ ਜੱਟ ਰਾਹ ਵਿੱਚ ਘੇਰ ਲਿਆ ਚੱਲਦੀਆਂ ਗੋਲੀਆਂ ਪੈਣ ਪਟਾਕੇ ਆਓ ਜੱਟ ਰਾਹ ਵਿੱਚ ਘੇਰ ਲਿਆ ਚੱਲਦੀਆਂ ਗੋਲੀਆਂ
ਆਣ ਪਟਾਕੇ ਆਓ ਬਿੰਦੂ ਢਾਲੀਵਾਲ ਤੇ ਦਲਵੀਰ ਭੈੜੂ ਇਹਨਾਂ ਵੱਲੋਂ 800 ਰੁਪਇਆ ਹਨੀ ਦੀਆਂ ਰੇਟਾਂ ਦੇ ਉੱਪਰ ਤਿੰਨਾਂ ਤੇ ਲੱਗਾ ਹੋਇਆ ਜੀ ਆਓ ਸਾਹਮਣੇ ਇਸ ਵੇਲੇ ਸ਼ਰੀਫ ਕਬੱਡੀ ਪਾ ਰਿਹਾ ਹੈ ਇਹ ਬੁੱਲੋ ਵਾਲੀਆਂ ਨੌਈਆਂ ਨਾ ਬਦ ਬਦ ਕੇ ਕਬੱਡੀਆਂ ਪੈਂਦੀਆਂ ਅੜ ਅੜ ਕੇ ਜੱਸੇ ਲੱਗਦੇ ਨੇ ਆਓ ਸਾਹਮਣੇ ਨਹੀਂ ਉਰੀ ਸਵਾਹ ਹੋਏ ਗੱਭਰੂ ਹੈ ਲੋਕੀ ਕਹਿੰਦੇ ਸਵਾਦ ਆ ਗਿਆ ਆਸ ਪਾਸ ਦੇ ਪਿੰਡਾਂ 'ਚ ਚਰਚਾ ਹੁੰਦੀ ਹੈ ਕਈ ਲੋਕ ਪਹਿਲਾਂ ਮੇਲੇ ਵੇਖਣੇ ਛੱਡ ਦਿੰਦੇ ਆ ਵੀ ਆਪਾਂ ਚੀਮਿਆਂ ਦਾ ਮੇਲਾ ਦੇਖਣਾ ਵੀ ਆਪਾਂ ਚੀਮਿਆਂ ਦਾ ਮੇਲਾ ਦੇਖਣਾ ਕੱਠ ਵੱਡਾ ਉਹ ਜਸ਼ਨ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਅਗਲੀ ਕਬੱਡੀ ਦੇ ਬੋਲ ਵੀਰ ਨੇ ਲਓ ਮੈਚ ਕਹਿੰਦੇ ਚੋਟੀ ਨਾ ਦੁਨੀਆ ਕਹਿੰਦੇ ਲੈ ਵੀ ਕਬੱਡੀ ਦਾ ਨਜ਼ਾਰਾ ਲੈਂਦੀ ਆ ਔਰ ਗਰਾਊਂਡ ਦੇ ਵਿੱਚ ਵੀ ਕਹਿੰਦੇ ਨਜ਼ਾਰਾ ਲੈਂਦੀ ਆ ਮੇਰੇ ਜੀਓ ਮੈਚ ਚੋਟੀ ਦਾ ਔਰ ਟੱਕਰ ਕਹਿੰਦੇ ਚੋਟੀ ਦੀ ਕਿ ਲਾਲਾ ਲਾਲਾ ਹੋ ਗਈ ਖੜਾ ਗਿਆ ਹਲ ਸੀ ਘਰੋ ਘਰੀ ਤੋਰ ਤੇ ਆਓ ਸੁੱਚਾ ਤੇ ਮਲ ਸੀ ਘਰੋ ਘਰੀ ਤੋਰ ਤੇ ਆਓ ਸੁੱਚਾ ਤੇ ਮਲ ਸੀ ਲੈ ਵੀ ਲਾਹੌਰੀਆ ਆਓ ਮੀਰਪੁਰ ਦੇ ਨਾਲ ਟੱਕਰ ਟੱਕਰ ਬੱਲੇ 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 ਆਓ ਆ ਦੁਨੀਆ ਭਾਲਦੀ ਹੈ ਅਮਰੀਕਾ ਆ ਕੁਝ ਦੁਨੀਆ ਆ ਕੁਝ ਦੁਨੀਆ ਭਾਲਦੀ ਹੈ ਉਧਰ ਪੀਵੀਸੀ ਪੈਨਲ ਡਿਊ ਸਟਾਰ ਵਾਲੇ ਵੀਰ ਨੇ ਸਾਡੇ ਹਰਿਆਣੇ ਵਾਲੇ ਉਹ ਕਹਿੰਦੇ ਕਾਲੇ ਜਾਂਡਲੀ ਦਾ ਸਨਮਾਨ 21,000 ਦੇ ਨਾਲ ਕੀਤਾ ਜਾਵੇਗਾ 21,000 ਦੇ ਨਾਲ ਸਨਮਾਨ ਹੈ ਕਾਲੇ ਜਿਹੜਾ ਜਾਂਡਲੀ ਨੂੰ ਮੁਬਾਰਕਾਂ ਨੇ ਰੇਡ ਪੈਣ ਲੱਗੀ ਹੈ ਉਧਰ ਬਿੰਦੂ ਢਾਲੀਵਾਲ ਤੇ ਦਲਵੀਰ ਭੈੜੂ ਕਹਿੰਦੇ 800 ਦੇਵਾਂਗੇ ਆਓ ਸਾਹਮਣੇ ਹਨੀ ਵੀ ਰੇਡ ਤੇ ਬਾਈ ਕਰ ਗੱਲ ਲਓ ਸ਼ਰੀਫ ਕਹਿੰਦੇ ਗੁੱਜਰ ਕਬੱਡੀ ਪਾ ਰਿਹਾ ਆਹ ਮੁੰਡਾ ਕਹਿੰਦੇ ਗੁੱਜਰਾਂ ਨਾ ਇਹ ਫਰਿਆਦ ਕੇ ਲਾਣੇ ਚੋਂ ਆ ਇਹ ਕਹਿੰਦੇ ਮਲੂਕ ਦੇ ਲਾਣੇ ਚੋਂ ਆ ਕਿ ਸਾਡੇ ਵਾਲਾ ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਗਾ ਗੁੱਡੀ ਚੜ ਲੈਣ ਦੇ ਆ ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਗਾ ਰੇਡ ਪੈ ਲੈਣ ਦੇ ਆ ਸਾਹਮਣੇ ਕਹਿੰਦੇ ਗੁਰੀ ਫਿਰ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਪਰ ਚਾਰ ਨੇ ਚਾਰੇ ਦੇ ਚਾਰੇ ਪਿਆਰ ਰਹੇ ਆਓ ਇੱਕ ਨੇ ਕਹਿੰਦੇ ਟਰਾਈ ਕੀਤੀ ਹੈ ਬੱਲੇ ਬੱਲੇ ਗਰਵਾਬੀ ਮੁੰਡਿਆਂ ਨੇ ਅਗਲਾ ਮੈਚ ਐਕਸ਼ਨਾਂ ਵਾਲੇ ਬੱਚਿਆਂ ਦਾ ਖੇਡਿਆ ਜਾਣਾ ਹੈ ਉਹ ਜਲਦੀ ਤੋਂ ਜਲਦੀ ਪੁੱਜ ਜਾਣ ਮੇਰੀ ਬੇਨਤੀ ਹੈ ਵੀ ਅਗਲੇ ਮੈਚਾਂ ਲਈ ਜ਼ਰੂਰ ਪੁੱਜਣ ਜਲਦੀ ਤੋਂ ਜਲਦੀ ਉਧਰ ਖਾਓ ਪੁ ਜੰਕਸ਼ਨ ਵਾਲੇ ਬੱਗੀ ਮੱਲੇ ਦੇ ਤਿੰਨ ਜੱਫਿਆਂ ਤੇ 500 ਰੁਪਇਆ ਦੇਣਗੇ ਲਾਓ ਆਓ ਸਾਹਮਣੇ ਹਨੀ ਵੀ ਕੌਡੀ ਹੈ ਉਧਰ ਕਹਿੰਦੇ ਪਿੰਡਾ ਢਾਲੀਵਾਲ ਤੇ ਨਾਲ ਦਲਵੀਰ ਭੈੜੂ ਕਹਿੰਦੇ 800 ਦੇਣਾ ਫੈਸਲੇ ਉਹ ਮੇਲਾ ਬਣ ਗਿਆ 200 ਰੁਪਇਆ ਨਿਰਮਲ ਚੀਮਾ ਜੀ ਉਹਨਾਂ ਵੱਲੋਂ ਆਓ ਪੈਸੇ ਲੈ ਜਾ ਹਨੀ ਫੜ ਕੇ 500 ਖਾਓ ਪੀਓ ਜੰਕਸ਼ਨ ਵੱਲੋਂ 200 ਨਿਰਮਲ ਉਹਨਾਂ ਵੱਲੋਂ ਨਾਲ ਢਾਲੀਵਾਲ ਹੋਣੀ ਤੇ ਦਲਵੀਰ ਹੋਣੀ 800 ਦੇ ਗਿਆ ਲੈ ਵੀ ਹਨੀ ਪੈਸੇ ਲੈ ਜਾ ਫੜ ਕੇ ਨੌਜਵਾਨ ਇਹਨੂੰ ਸਾਰੇ ਹੀ ਦੇ ਦੇ ਆ ਚੀਮਿਆਂ ਵਾਲਾ ਤੁਰਿਆ ਆਉਂਦਾ ਉਹ ਬਾਈ ਭੰਗੜਾ 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 ਉਹ ਭੰਗੜਾ ਚੀਮੇ ਪਿੰਡ ਪੈਂਦਾ ਉਹ ਜੇ ਸਵਾਰਾ ਲੜਕਰਾ ਜੋਰ ਕਹਿੰਦੇ ਮੇਲਾ ਚੋਟੀ ਦਾ ਬਣ ਗਿਆ ਆਹ ਥਾਪੀ ਮਾਰਦੀ ਆ ਸ਼ਰੀਫ ਨੇ ਆਹ ਗੁਜਰਾਂ ਦੇ ਮੁੰਡੇ ਨੇ ਲਾਹੌਰੀਆ ਥਾਪੀ ਮਾਰਦੀ ਆ ਸ਼ਰਮਿਆ ਆਹ ਟੱਕਰ ਕਹਿੰਦੇ ਮਾਨਸਾ ਦੀ ਹੁਸ਼ਿਆਰਪੁਰਿਆਂ ਦੇ ਨਾਲ ਆਓ ਆਓ ਇਹਨੇ ਅੱਕੇ ਨੇ ਮਾਰੀ ਹੈ ਨਹੀਂ ਉਹ ਰੀਸਾ ਵਾਹ ਇਹ ਗੱਭਰੂ ਹੈ ਨਹੀਂ ਉਹ ਰਿਸਾਕੇ ਨੇ ਥਾਪੀ ਮਾਰੀ ਹੈ ਬਣਦਾ ਵੀ ਫਰਜ਼ ਥਾਪੀਆਂ ਚਾਹੀਦੀਆਂ ਵੀ ਹੈ ਜੇ ਸਮੁੰਦਰ ਵਿੱਚ ਤੂਫਾਨ ਨਾ ਆਵੇ ਤੇ ਲੋਕੀ ਪਿੰਡਾਂ ਵਾਲਾ ਛੱਪੜ ਹੀ ਸਮਝਣ ਲੱਗ ਜਾਂਦੇ ਹੈ ਉਹ ਸਾਹਮਣੇ ਕੌਡੀ ਪੈਂਦੀ ਹੈ ਇੱਧਰ ਟਰਾਈ ਕੀਤੀ ਆ ਉਹ ਫੱਕਰ ਝੰਡੇ ਵਾਲੇ ਦੇ ਚਰਚੇ ਹੈ ਇੱਕ ਚੋਟੀ ਦਾ ਨੰਬਰ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮੈਨੂੰ ਲੱਗਦਾ ਸ਼ਰਮਿਆ ਉਹ ਕੱਢਣੀ ਪੈਣੀ ਆ ਜੀਪ ਦਲਾਣ ਚੋ ਉਹ ਕੱਢਣੀ ਪੈਣੀ ਆ ਜੀਪ ਦਲਾਣ ਚੋ ਅਗਲੀ ਰੇਡ ਪੰਡਤਾ ਪੌੜੀ ਪੈਣੀ ਆ ਉਹ ਪੰਡਤਾ ਪੌੜੀ ਪੈਣੀ ਆ ਉਹ ਪੰਡਤਾ ਲੋਕ ਕਹਿੰਦੇ ਪੌੜੀ ਪੈਣੀ ਆ ਰਾਜ ਕਰ ਗੱਲ ਮੁੰਡੇ ਦੀ ਲੋਕ ਕਹਿੰਦੇ ਪੌਣੀ ਪੈਣੀ ਆ ਤੇ ਸ਼ਰਮਿਆ ਜੱਫਾ ਲਾਉਣਾ ਪੈਣਾ ਲਾਹੌਰੀਆ ਲਾਹੌਰੀਆ ਮੀਰਪੁਰੀਆ ਲਾਹੌਰੀਆ ਆਓ ਜਹਾਜ਼ ਆਓ ਕਹਿੰਦੇ ਐਕਸ਼ਨ ਅਮਰੀਕ ਬਾਈ
आओ एक्शन बज गया सेवक सूबेदार जी वो 200 रुपया हनी पंडित दे लई भोजदा कर रहे हैं सेवक सूबेदार जी साढ़े 200 रुपया हनी पंडित दे लई ते खाओ पियो जंक्शन वाले वीर बड़ा प्यार अमरीक दे लई भोजदा कीता साढ़े भाइयों ने खाओ पियो जंक्शन बहुत बड़ा नाम है आओ शरीफ आ गया आ किवें चारों तो तीन किसे गल नहीं होए है आओ कमजोरियां फड़ लियां होणगियां अखां पड़ लियां होणगियां आओ कहिंदे बुल्लो वालिया कहिंदा भाई रुकण लई नहीं आए एडी दूर तो रुकण लई नहीं आए राज कारो सिफत मुंडे दी आओ सामने कहिंदे फकर झंडे वाला कबड्डी पा रहा धूरी वालिया ओ ककड़ वालिया ए आओ साना वाले पेड़ आओ बल्ले 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 आओ टक्कर बल्ले 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 ओ ताड़ी जोर ना आओ राज कहंदा ताड़ी जोर नाल वाकई आ टक्कर दा कोई मुल नहीं सीगा आ टक्कर दा कोई मुल नहीं सीगा हुण अगली कबड्डी देखांगे वाह ए गबरू है कहंदे उहनां ने ओ ते उहनां ने ओ पानी पीण वाले करते हैं पानी पीण वाले करते हैं अगली कबड्डी हनी पंडित आ गया हनी पंडित आ गया हनी दियां रेडां ते 3000 रुपया जसवीर सिंह जी पीपीएस वाले 3000 ए आओ टक्कर बल्ले 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 हाय होए मेरा रब्बा हाय होए मेरा रब्बा ए उधर सेवक सूबेदार जी 200 रुपया हनी दे लई होर पुछदा कर दे लै भी हनी भेजी माड़ा जाए गौरव नूं भी तेरा प्यार है तेरा सत्कार है इधर फिर कहिंदे काम टिच हो गया आओ फिर कहिंदे चोटी दा नंबर अमरीका मोया पिया हे जफे दे जफा ठा जफा आओ जफे दे जफा ठा जफा सरदार जसवीर सिंह जी पीपीएस स्कूल दे जड़े ਉਹਨਾਂ ਵੱਲੋਂ 3100 ਰੁਪਇਆ ਲੱਗਿਆ ਸੀਗਾ ਇੱਕ ਰੇਟ ਤੇ ਕੋਈ ਡਾਕਟਰ ਹੈਗਾ ਤਾਂ ਥੋੜੀ ਸੱਟ ਲੱਗੀ ਹੈ ਖਿਡਾਰੀ ਦੇ ਏਕਮ ਨੇ ਸੱਟ ਲੱਗੀ ਹੈ ਮੀਰਪੁਰ ਵਾਲੇ ਦੇ ਮੈਚ ਸਮਾਪਤ ਹੋਇਆ ਇਹਦੇ ਵਿੱਚੋਂ ਟੀਮ ਰਾਜ ਜੀ ਦੱਸ ਦਿਓ ਫਿਰ ਬੱਲੋਵਾਲ ਦੀ ਟੀਮ ਜਿੱਤ ਗਈ ਆ ਬੱਲੋਵਾਲ ਹੁਸ਼ਿਆਰਪੁਰੀ ਮੁੰਡੇ ਬਾਜੀ ਮਾਰ ਗਏ ਹਾਂਜੀ ਕਹਿੰਦੇ ਟੀਮ ਹੁਸ਼ਿਆਰਪੁਰ ਦੀ ਸਪੌਂਸਰ ਕੀਤੀ ਆ ਬਲਵੀਰ ਸਿੰਘ ਭੀਰਾ ਢਾਪੀ ਤੇ ਨਾਲ ਸਾਡਾ ਵੀਰ ਕਮਲ ਢਾਪੀ ਤੇ ਨਾਲ ਹਾਂਜੀ ਡਾਕਟਰ ਪਹੁੰਚੇ ਥੋੜੀ ਜਿਹੀ ਸੱਟ ਲੱਗੀ ਆ ਡਾਕਟਰ ਫਸਟ ਏਡ ਦੇ ਲਈ ਐਕਸ਼ਨ ਵਾਲੇ ਬੱਚੇ ਗਰਾਊਂਡ ਚੋਂ ਤੇ ਬਾਈ ਜੀ ਗਰਾਊਂਡ ਵਿਹਲਾ ਰੱਖੋ ਪੀਵੀਸੀ ਪੈਨਲ ਔਰ ਡਿਊ ਸਟਾਰ ਹਰਿਆਣੇ ਵਾਲੇ ਵੀਰ ਨੇ ਸਾਡੇ 21000 ਦੇ ਨਾਲ ਸਨਮਾਨ ਕਾਲੇ ਜਾਂਡਲੀ ਦਾ ਵਿਨੋਦ ਹੁੱਡਾ ਜੀ ਮਨੀ ਹੁੱਡਾ ਕਾਲਾ ਗਿੱਲ ਪੁਨੀਤ ਪੂਨੀਆ ਸੋਨੂ ਪੂਨੀਆ ਗੁਰਦਿਆਲ ਕਾਲਾ ਦੱਤਾ ਪੀਵੀਸੀ ਪੈਨਲ ਡਿਊ ਸਟਾਰ ਹਰਿਆਣੇ ਵਾਲੇ ਵੀਰ ਉਹਨਾਂ ਵੱਲੋਂ ਸਨਮਾਨ